ਮੂਹ ਕੇ ਅੰਦਰ ਹੀ ਵਾੜ ਦੇ ਮੇਰੇ। ਹਾਂਜੀ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਸਾਰੇ ਠੀਕ ਠਾਕ ਹੋ? ਸੋ ਸਾਰੇ ਬਹੁਤ ਹੀ ਵਧੀਆ ਹੋਣਗੇ। ਸੋ ਆਪਣੇ ਵਲੌਗ ਹੀ ਕਰਦੇ ਹਾਂ ਸਟਾਰਟਿੰਗ। ਸੋ ਕੀ ਰਿਟਾਇਰਮੈਂਟ ਲੈ, ਉਦਾਂ ਕੋ ਹਾਲ ਚਾਲ ਪੁੱਛੋ ਸਾਰਿਆਂ ਦਾ। ਅੱਛਾ, ਹਾਲ ਚਾਲ ਹਾਲ ਚਾਲ ਠੀਕ ਹੀ ਹੋਣਗੇ ਸਾਰੇ ਕੇ, ਸਾਰੇ ਠੀਕ ਹੀ ਹੋਣਗੇ। ਹਾਂ, ਸੋ ਵਲੌਗ ਦੀ ਕਰਨ ਲੱਗੇ ਸ਼ੁਰੂਆਤ, ਮੈਂ ਕਿਹਾ ਦੱਸ ਦਈਏ। ਸੋ ਚਾਚੇ ਦੀ ਸੀਗੀ ਰਿਟਾਇਰਮੈਂਟ, ਫੌਜ 'ਚੋਂ ਚਾਚਾ ਜੀ ਹੋਏ ਸੀਗੇ ਰਿਟਾਇਰ, ਅਤੇ ਉਹਨਾਂ ਦੇ ਆਪਾਂ ਪਾਰਟੀ 'ਤੇ ਗਏ ਸੀਗੇ ਪਿੰਡ, ਅਤੇ ਬੜਾ ਵਧੀਆ ਧੂਮ ਧਾਮ ਨਾਲ ਹੈ ਨਾ ਉਹ ਲੈ ਕੇ ਆਏ ਸੀਗੇ। ਪਹਿਲਾਂ ਅੰਮ੍ਰਿਤਸਰ ਤੋਂ ਪਹਿਲਾਂ ਮੱਥਾ ਟੇਕ ਕੇ ਸ਼ਹੀਦਾਂ ਸਾਹਿਬ, ਫਿਰ ਪਿੰਡ ਆਏ, ਪਿੰਡ ਵੀ ਬੈਂਡ ਬਾਜੇ ਵਾਲਿਆਂ ਨੇ ਉਹਨਾਂ ਨੇ ਕੀਤੇ ਸੀਗੇ ਬੁੱਕ, ਫਿਰ ਪਿੰਡ ਵਾਲੇ ਗੁਰਦੁਆਰੇ ਵੀ ਮੱਥਾ ਟੇਕਿਆ, ਫਿਰ ਘਰੇ ਗਏ, ਕੇਕ ਕੂਕ ਕੱਟਿਆ, ਸਾਰਾ ਕੁਛ ਕਰਕੇ ਸ਼ਾਮੀ ਡੀਜੇ ਲੱਗਾ, ਉਹ ਸਾਰਾ ਕੁਛ ਆਪਾਂ ਵਲੌਗ 'ਚ ਪਾਇਆ ਵਾ। ਤੁਸੀਂ ਅੱਗੇ ਵਲੌਗ ਦੇਖੋ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ। ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਦਿਓ। ਅਬ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸਕੇ ਸਾਥ ਸਕੈਮ ਕਰੋ ਜਾਂ ਫਿਰ ਮਹਿਫਿਲ ਜਮਾਓ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਤੇ ਦੇਖੋ ਵਲੌਗ, ਠੀਕ ਹੈ? ਓਕੇ, ਤੇ ਬੋਲਣਾ ਕੁਛ ਨਹੀਂ, ਬਸ ਬਸ ਠੀਕ ਹੈ, ਦੇਖੋ ਵਲੌਗ। ਦੂਜਾ ਕਾਕਾ ਕੋਈ ਨੀ ਕੋਈ ਨੀ, ਉਹ ਉਹਨਾਂ ਦੇ ਸਵਾਦ ਨਹੀਂ ਆਉਂਦਾ ਏਦਾਂ।
ਬਸ ਯਾਰ ਕੀ ਕਰੀਏ ਨਾ ਤੂੰ ਛੱਡ ਦੇ ਹੁਣ ਇਹਨੂੰ ਪਿੱਛੇ ਕਰ ਵੀਡੀਓ ਬਣਾਉਣੀ ਹੈ ਇਹ ਤਾਂ ਕੁਛ ਹੋਰ ਹੀ ਲੱਗੀ ਜਾਂਦਾ ਉਹਨੇ ਅੱਛੀ ਬਣ ਰਹੀ ਆ ਇਹ ਪਟਕਾ ਦੇਗਾ ਨਾ ਮੇਰਾ ਠੀਕ ਹੈ ਪਟਕਾ ਇਹ ਕਿਉਂ ਰੱਖ ਰਿਹਾ ਪਾਸ ਮੇ ਕੇਕ ਕੱਟੇਗਾ ਨਾ ਕੇਕ ਤੋਂ ਪਹਿਲੇ ਸੇ ਵੋ ਕਟਾ ਹੁਆ ਹੈ ਵੋ ਪਹਿਲੇ ਸੇ ਮੈਲਟ ਹੋ ਗਿਆ ਸਾਰਾ ਤੂੰ ਕਿਆ ਕੱਟੇਗਾ ਟੈਟੂ ਦਿਖਾਉਂਦਾ ਮੁੰਡਾ ਬਾਰ ਬਾਰ ਟੈਟੂ ਨਹੀਂ ਯਾਰ ਟੈਟੂ ਤੋਂ ਬਣਵਾਉਣੇ